ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਦੇ ਰੀਜਨਲ ਪਾਸਪੋਰਟ ਦਫ਼ਤਰ ਵਿੱਚ ਜਾ ਕੇ ਕਰਮਚਾਰੀਆਂ ਨੂੰ ਸਮਝਾਉਣ ਅਤੇ ਉਹਨਾਂ ਨੂੰ ਰਿਸ਼ਵਤਖੋਰ ਠਹਿਰਾਉਣ ਅਤੇ ਉੱਥੇ ਹੀ ਵੀਡੀਓਗ੍ਰਾਫੀ ਕਰਨ ਦਾ ਮਹਿੰਗਾ ਪੈ ਗਿਆ। ਇੱਥੇ ਪਾਸਪੋਰਟ ਦੇ ਅਧਿਕਾਰੀਆਂ ਨੇ ਇਸਦਾ ਸਖ਼ਤ ਨੋਟਿਸ ਲਿੱਤਾ ਅਤੇ ਅਸਿਸਟੈਂਟ ਪਾਸਪੋਰਟ ਅਫਸਰ ਯਸ਼ਪਾਲ ਨੇ ਬੈਂਸ ਖਿਲਾਫ਼ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਦਿੱਤੀ ਹੈ, ਜਿਸ ਤੇ ਬੈਂਸ ਖਿਲਾਫ਼ ਮਾਮਲਾ ਵੀ ਦਰਜ ਕਰ ਲਿੱਤਾ ਗਿਆ। ਇਸ ਪੂਰੇ ਮਾਮਲੇ ਤੇ ਆਲ ਇੰਡੀਆ ਪਾਸਪੋਰਟ ਐਸੋਸੀਏਸ਼ਨ ਨੇ ਵਿਧਾਇਕ ਬੈਂਸ ਵੱਲੋਂ ਅਚਾਨਕ ਪਾਸਪੋਰਟ ਦਫ਼ਤਰ ਵਿੱਚ ਛਾਪਾ ਮਾਰਨ ਅਤੇ ਕਰਮਚਾਰੀਆਂ ਨਾਲ ਦੁਰਵਿਵਹਾਰ ਦਾ ਸਖ਼ਤ ਨੋਟਿਸ ਲੈਂਦੇ ਹੋਏ ਚੰਡੀਗੜ੍ਹ ਸਥਿਤ ਰੀਜਨਲ ਪਾਸਪੋਰਟ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਪਾਸਪੋਰਟ ਅਧਿਕਾਰੀਆਂ ਤੋਂ ਮਾੜਾ ਵਤੀਰਾ ਅਖਤਿਆਰ ਕਰਨ ਨੂੰ ਲੈ ਕੇ ਵਿਧਾਇਕ ਬੈਂਸ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਰੀਜਨਲ ਪਾਸਪੋਰਟ ਅਫਸਰ IPS ਸਿਬਾਸ ਕਵੀਰਾਜ ਨੇ ਇਸ ਕਾਰਵਾਈ ਨੂੰ ਪਾਸਪੋਰਟ ਦਫ਼ਤਰ ਦੀ ਸੁਰੱਖਿਆ ਨੂੰ ਅਗਰ ਉਹ ਐਸਾ ਨਹੀਂ ਕਰਤੇ ਹੈ ਤੋ ਹਮ ਆਪਣੇ ਆਲ ਇੰਡੀਆ ਲੈਵਲ ਪੇ ਇਸ ਬਾਤ ਕੋ ਪਹੁੰਚਾਏਂਗੇ ਔਰ ਫਿਰ ਆਗੇ ਜੋ ਵੀ ਹਮਾਰੇ ਜੋ ਪ੍ਰਤੀਨਿਧੀ ਹੈ ਉਨਸੇ ਬਾਤਚੀਤ ਕਰਕੇ ਜੋ ਵੀ ਕਾਰਵਾਈ ਬਣਤੀ ਹੈ ਵੋ ਕਰੇਂਗੇ। ਲੁਧਿਆਣਾ ਕਾ ਜੋ ਮੈਟਰ ਹੁਆ ਹੈ ਉਸਮੇ ਸੁਨੀਲ ਦੱਤ ਜੀ ਪਾਸਪੋਰਟ ਐਸੋਸੀਏਸ਼ਨ ਕੇ ਪੂਰੇ ਦੇਸ਼ ਕੇ ਵਾਈਸ ਪ੍ਰੈਸੀਡੈਂਟ ਹੈ ਔਰ ਹਮਾਰੇ ਚੰਡੀਗੜ੍ਹ ਕੇ ਹੈੱਡ ਹੈ। तो एसोसिएशन की तरफ से आज मुझे एक मेमोरेंडम दिया गया है, उसमें इन्होंने काफ़ी चिंता जताई है जो विदेश मंत्रालय के ऑफिसर्स हैं उनकी सुरक्षा को लेकर और साथ में जो पब्लिक के लोग हैं खासकर के महिलाएं और बच्चे जो वहां पर उपस्थित थे, जिस तरह से वो आतंकित हो गए थे और अफरा तफरी मच गई थी उसके बारे में उन्होंने काफ़ी चिंता जताई है और मैंने एसोसिएशन के सारे लोगों को आश्वस्त किया है कि पंजाब पुलिस की तरफ से हमें पूरा सहयोग मिल रहा है और हम लोग सुनिश्चित करेंगे कि इस तरह की कोई घटना दोबारा ना हो।